ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਪਿੰਡ ਵੀਰਾ ਕੋਟਲੀ ਵਿਖੇ ਬੀਤੀ ਰਾਤ ਲੜਕੀ ਨੂੰ ਤੇਜ਼ ਧਾਰ ਹਥਿਆਰ ਦੇ ਨਾਲ ਕਤਲ ਕਰ ਦੇਣ ਅਤੇ ਗੁਆਂਢੀ ਨੌਜਵਾਨ ਦੀ ਦਰਖਤ ਨਾਲ ਲਟਕਦੀ ਲਾਸ਼ ਮਿਲਣ ਦੀ ਖਬਰ ਹੈ। SSP ਬਟਾਲਾ ਇੰਦਰਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਭਰਾ ਬਲਜੀਤ ਸਿੰਘ ਅਨੁਸਾਰ ਬੀਤੀ ਰਾਤ ਉਸ ਦੀ ਭੈਣ ਘਰ ਦੇ ਵਿਹੜੇ 'ਚ ਸੁੱਤੀ ਹੋਈ ਸੀ ਅਤੇ ਰਾਤ 11:30 ਵਜੇ ਉਸ ਦੇ ਮਾਮੇ ਦਾ ਲੜਕਾ ਝੋਨੇ ਨੂੰ ਪਾਣੀ ਲਾਉਣ ਖੇਤਾਂ ਨੂੰ ਚਲਾ ਗਿਆ ਅਤੇ ਜਦ 2:30 ਵਜੇ ਦੇ ਕਰੀਬ ਵਾਪਸ ਘਰ ਆਇਆ ਤਾਂ ਉਸਨੇ ਦੇਖਿਆ ਕਿ ਘਰ ਦਾ ਗੇਟ ਖੁੱਲ੍ਹਾ ਸੀ ਅਤੇ ਗੇਟ ਦੇ ਨਾਲ ਲੜਕੇ ਕਮਰੇ 'ਚ ਉਸ ਦੀ ਭੈਣ ਦੀ ਖੂਨ ਨਾਲ ਲੱਥ-ਪੱਥ ਲਾਸ਼ ਪਈ ਸੀ। ਉੱਧਰ ਪਿੰਡ ਦੇ ਬਾਹਰ ਇੱਕ ਹਵੇਲੀ 'ਚ ਮ੍ਰਿਤਕ ਲੜਕੀ ਦੇ ਗੁਆਂਢੀ ਨੌਜਵਾਨ ਅਮਰਜੀਤ ਸਿੰਘ ਦੀ ਲਾਸ਼ ਦਰਖਤ ਨਾਲ ਲਟਕਦੀ ਹੋਈ ਵੇਖੀ ਗਈ ਹੈ। ਪੁਲਿਸ ਨੂੰ ਇਹ ਮਾਮਲਾ ਪ੍ਰੇਮ ਸੰਬੰਧਾਂ ਦਾ ਜਾਪ ਰਿਹਾ। ਸਾਡੇ ਮੁੰਡੇ ਦੇ ਪਹਿਲੋਂ ਨਾਲ ਦਾ ਕੁੜੀ ਨਾਲ ਪ੍ਰੇਮ ਸੰਬੰਧ ਸੀ, ਬਾਅਦ 'ਚ ਜੇਲ੍ਹ 'ਚ ਚਲ ਗਿਆ, ਕੁੜੀ ਵਾਲੀ ਨਫ਼ਰਤ ਕਰਨ ਲੱਗ ਪਏ। ਫਿਰ ਨਗਰ ਦਾ ਜਦੋਂ ਜੇਲ੍ਹ 'ਚੋਂ ਜਮਾਨਤੀ ਆਇਆ, ਉਦੋਂ ਬਾਅਦ 'ਚ ਨਾਲ ਦਾ ਹੀ ਆਪੋ ਜਦੋਂ ਮੇਲ ਜੋਲ ਹੋਇਆ ਅਤੇ ਮੁੜ ਕੇ ਨਫ਼ਰਤ ਕਰਨ ਲੱਗ ਪਏ ਅਤੇ ਇਹਨਾਂ ਨੇ ਘਰ ਸੱਦ ਕੇ ਅਤੇ ਲਿਆ ਕੇ ਨਗਰ ਦੇ ਮੁੰਡੇ ਨੂੰ ਫਾਹੀ ਲਾ ਦਿੱਤਾ। ਦੋ ਡੈੱਡ ਬੋਡੀਜ਼ ਜਿਹੜੀਆਂ ਨੇ ਪਿੰਡ ਦੇ ਵਿੱਚ ਮਿਲੀਆਂ ਨੇ, ਇੱਕ ਹੈ ਲੜਕੀ ਦੀ ਡੈੱਡ ਬੋਡੀ ਹੈ ਕਰੀਬ 21-22 ਸਾਲ ਦੀ, ਦੂਸਰੀ ਡੈੱਡ ਬੋਡੀ ਜਿਹੜੀ ਹੈ ਉਹ ਲੜਕੇ ਦੀ ਹੈ ਕਰੀਬ 25-26 ਸਾਲ ਦੀ ਹੈ। ਲੜਕੀ ਦੇ ਸੱਟਾਂ ਦੇ ਨਿਸ਼ਾਨ ਹੈਗੇ ਨੇ, ਕੁਛ ਤੇਜ਼ ਧਾਰ ਹਥਿਆਰ ਦੇ ਸੱਟਾਂ ਦੇ ਨਿਸ਼ਾਨ ਲੱਗਦੇ ਨੇ ਅਤੇ ਇਹਦੇ ਬਾਰੇ ਹਜੇ ਸਾਡੇ ਕੋਲ ਕੋਈ ਪੁਖਤਾ ਸਬੂਤ ਨਹੀਂ ਸਾਹਮਣੇ ਆਇਆ। ਅਸੀਂ ਤਫਤੀਸ਼ ਕਰ ਰਹੇ ਹਾਂ, ਡੂੰਘਾਈ ਨਾਲ ਤਫਤੀਸ਼ ਦੇ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਸੰਬੰਧੀ ਜੋ ਬਣਦੀ ਕਾਰਵਾਈ ਹੈ ਉਹ ਕੀਤੀ। ਅਤੇ ਦੀਦੀ ਥੱਲੇ ਪਈ ਲਹੂ ਵਧਾਉਣ, ਅਸੀਂ ਡਾਕਟਰ ਸਾਹਿਬ ਨੂੰ ਸੱਦਿਆ, ਉਹਨਾਂ ਨੇ ਆ ਕੇ ਵੇਖਿਆ ਵੀ ਡੈਥ ਹੋ ਗਈ, ਅਸੀਂ ਕਾਰਵਾਈ ਕਰਾਉਣ ਚਾਹੁੰਦੇ ਹਾਂ ਵੀ ਜਿਹਨਾਂ ਨੇ ਵੀ ਆਹ ਕੁਝ ਕੀਤਾ ਹੈ ਉਹਨਾਂ ਦੇ ਸਖ਼ਤ ਤੋਂ ਸਖ਼ਤ ਸਜ਼ਾ ਕੀਤੀ ਹੈ। ਜੋ ਜਿਹਨੇ ਮਾਰਿਆ ਉਹ ਪਹਿਲਾਂ ਵੀ ਅੱਗੇ ਕ੍ਰਾਈਮ ਹੈ, ਜਮਾਨਤੀ ਆਇਆ ਉਹਨੇ ਲੜਕੀ ਨੂੰ ਮਾਰ ਕੇ ਅਤੇ ਮਤਲਬ ਉਹ ਆਹ ਫਾਹ ਲੈ ਕੇ ਮਤਲਬ ਲਟਕਿਆ ਰਿਹਾ ਨਾਲ, ਔਰ ਘਰ ਵਾਲਾ ਲਟਕ ਆਇਆ ਅਤੇ ਉਲਟ ਅੰਜਾਮ ਹੋ ਰਿਹਾ ਵੀ ਇਹਨਾਂ ਮਾਰ ਕੇ ਕੀਤਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।